ਅੱਜ ਹੀ ਡਾਊਟਨੈਟ ਐਪ ਡਾਊਨਲੋਡ ਕਰੋ। ਡਾਊਟਨੈਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨੈਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। Hello everyone. Question is, the equation 2x plus 5y equal to 7 has a unique solution or a unique solution hai. Kis a unique solution hai? If x and y are, kyun honge? Options hai, yahan pe natural number honge, positive real numbers honge, real numbers honge ya rational numbers honge. Hun dekho tanu, given equation ditti hoi hai, 2x plus 5y equal to 7. ਹੁਣ ਇਹ ਸੇਮ ਕਿਸ ਤਰ੍ਹਾਂ ਆਉਣਗੇ? ਜੇ ਤੇ ਅਸੀਂ x ਨੂੰ ਵੀ 1 ਪੁੱਟ ਕਰ ਦਈਏ ਔਰ y ਨੂੰ, x ਨੂੰ ਦੇਖੋ 1 ਤੇ y ਨੂੰ ਜਦੋਂ ਮੈਂ 1 ਪੁੱਟ ਕੀਤਾ ਤੇ 2 plus 5 equal to 7, 7 equal to 7, ਠੀਕ ਹੈ ਜੀ। ਲੈਫਟ ਹੈਂਡ ਸਾਈਡ equal to ਰਾਈਟ ਹੈਂਡ ਸਾਈਡ ਬਣਦੀ ਪਈ ਹੈ, ਠੀਕ ਹੈ। ਹੁਣ ਇਹ ਦੇਖੋ 1 ਪਲੱਸ 1 1 ਹੀ ਪੁੱਟ ਕਰੀਏ ਤੇ ਇਹ ਸੇਮ ਆਉਂਦੇ ਪਏ ਆ। ਆਰਾ ਮਤਲਬ ਸਿਰਫ ਇੱਕ ਹੀ ਪੇਅਰ ਹੈ ਜਿਹੜਾ 1 1 ਜੇ ਅਸੀਂ ਪੁੱਟ ਕਰਾਂਗੇ ਤੇ ਇੱਕੋ ਪੇਅਰ ਹੈ ਜਿਹੜਾ ਕਿ ਸੈਟੀਸਫਾਈ ਅਨੂ ਕਰ ਰਿਹਾ ਹੈ। ਤੇ 1 1 ਕੀ ਹੈ? ਨੈਚੁਰਲ ਨੰਬਰ। 1 ਕੀ ਹੈ? ਨੈਚੁਰਲ ਨੰਬਰ ਹੀ ਹੈ। ਤੇ ਅਸੀਂ ਕੀ ਲਿਖਾਂਗੇ ਆਨਸਰ? ਆਰਾ ਕੀ ਹੋਏਗਾ? ਆਰਾ ਆਨਸਰ ਹੋਏਗਾ ਨੈਚੁਰਲ ਨੰਬਰ, ਕਿਉਂਕਿ ਨੈਚੁਰਲ ਨੰਬਰ ਜਿਹੜਾ ਹੈ ਤੁਹਾਡਾ, ਨੈਚੁਰਲ ਨੰਬਰ, ਇਨ ਨੈਚੁਰਲ ਨੰਬਰ ਦੇਅਰ ਇਜ਼ ਓਨਲੀ 1 ਪੇਅਰ। ਹੁਣ ਉਹ ਕਿਹੜਾ ਪੇਅਰ ਹੈ? ਦੈਟ ਇਜ਼ 1,1, ਵਿਚ ਸੈਟਿਸਫਾਈ ਦ ਗਿਵਨ ਇਕੁਏਸ਼ਨ। ਸੈਟਿਸਫਾਈ ਕਰਦਾ ਪਿਆ ਗਿਵਨ ਇਕੁਏਸ਼ਨ ਨੂੰ, ਬਿਕੋਜ਼ ਲੈਫਟ ਹੈਂਡ ਦੋਨਾਂ ਦੇ ਤਰਫ 7 7 ਹੈ, ਲੈਫਟ ਹੈਂਡ ਸਾਈਡ ਇਕੁਅਲ ਟੂ ਰਾਈਟ ਹੈਂਡ ਸਾਈਡ। ਬਟ ਦੇਖੋ ਜਿਹੜਾ ਤੁਹਾਡਾ ਰੀਅਲ ਨੰਬਰ ਹੋਣਗੇ, ਬਟ ਰੀਅਲ ਨੰਬਰ ਐਂਡ ਰੈਸ਼ਨਲ ਨੰਬਰਸ, ਭਾਵੇਂ ਕੋਈ ਰੀਅਲ ਨੰਬਰ ਹੈ ਜਾਂ ਰੈਸ਼ਨਲ ਨੰਬਰਸ ਹੈ, there are many pairs, bahut sare pairs ban rahe hain to satisfy the given equation, to satisfy the given equation. So sirf unhone kya hai, unique solution hai, sirf jehda natural number hi hai jehda ki satisfy kar rahe hai. To tadi option ki aayegi yari, option A is correct. Thanks.